Thank you.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਫਤਿਹ ਜੀਓ ਤੁਮ ਮਾਤ ਪਿਤਾ ਤੁਮਰੀ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਧਿਆਏ ਜਿਸ ਡਿੱਠੇ ਸਾਧਕ ਜਾਏ ਤੇਗ ਬਹਾਦਰ ਸਿਮਰੀਏ ਘਰ ਨੂੰ ਜਾਵੇ ਧਾਈ ਸਾਵਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਵਥਾਈ ਹੋਏ ਸਹਾਇ ਸਾਵਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਕੀ ਜੋਤ ਹਾਜਰਾ ਹਜੂਰ ਜਾਹ ਰਾਜ ਸਰਬ ਕਲਾ ਭਰਪੂਰ ਗੱਦੀ ਤੇ ਬਿਰਾਜਮਾਨ ਚੌਰ ਤਖ ਦੇ ਮਾਲਕ ਦਸਾਂ ਪਾਤਸ਼ਾਹੀਆਂ ਕੀ ਜੋਤ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸਮੂਹ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਈ ਦੇਖ ਕੇ ਅਣਡਿੱਠ ਕੀਤਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਧ ਬੰਧ ਕਟਾਈ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਦੇਗਾਂ ਵਿੱਚ ਵਾਲੇ ਗਏ ਜਿਨ੍ਹਾਂ ਮਾਤਾਵਾਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਚ ਹਾਰ ਪੁਆਏ ਝੋਲੀਆਂ ਚ ਪੁਆਏ ਨੇਜਿਆਂ ਤੇ ਟੰਗਾਏ ਮੁੱਖੋਂ ਸੀ ਨੇ ਉਚਾਰੀ ਸਿੱਖੀ ਕੇਸਾਂ ਸੁਭਾਸਾਂ ਨਾਲ ਨਿਭਾਈ ਧਰਮ ਨਹੀਂ ਛੋੜਿਆ ਤਿੰਨਾਂ ਸ਼ਹੀਦ ਸਿੰਘ ਸਿੰਘਣੀਆਂ ਭਜੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੈਤਾਵਣ ਜੈਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਕਾਲ ਪੁਰਖ ਵਾਹਿਗੁਰੂ ਬਖਸ਼ੋ ਜੀ ਆਪਣੇ ਸਿੱਖਾਂ ਨੂੰ ਸਿੱਖੀ ਦਾਨ ਕੇ ਸਥਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨ ਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਖਾਲਸਾ ਜੀ ਸਾਹਿਬ ਬੋਲਣਾ ਜੀ ਕਾਮ ਕ੍ਰੋਧ ਲੋ ਮੋਹ ਹੰਕਾਰ ਤੋਂ ਬਚਾਉਣਾ ਸੱਚੇ ਪਿਤਾ ਜੀਓ ਮੇਰਾ ਕਰਨੀਆਂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਪਿਤਾ ਜੀਓ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦਾਰੇ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਵਾਹਿਗੁਰੂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦਾ ਕੋਟਾਨ ਕੋਟ ਕੋਟਾਨ ਕੋਟ ਧੰਨਵਾਦ ਹੈ, ਸ਼ੁਕਰ ਹੈ ਵਾਹਿਗੁਰੂ ਜੀਓ। ਆਪ ਜੀ ਨੇ ਸੱਚੇ ਪਿਤਾ ਜੀ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਹਨ ਸੱਚੇ ਪਿਤਾ ਜੀਓ, ਮੇਰਾ ਕੀਤੀਆਂ ਹਨ ਸੱਚੇ ਪਿਤਾ ਜੀਓ। ਭਾਈ ਸਾਹਿਬ ਭਾਈ ਸ਼ਮਿੰਦਰ ਸਿੰਘ ਬੀਬੀ ਬਲਵੀਰ ਕੌਰ ਧਾਲੀਵਾਲ ਸਾਰੇ ਹੀ ਪਰਿਵਾਰ ਨੂੰ ਆਪ ਜੀ ਨੇ ਉੱਦਮ ਤੇ ਉਪਰਾਲਾ ਬਖਸ਼ਿਆ ਹੈ ਸੱਚੇ ਪਿਤਾ ਜੀਓ। ਆਪ ਜੀ ਦੀ ਓਟ ਆਸਰਾ ਲੈਂਦਿਆਂ ਹੋਇਆਂ ਆਪ ਜੀ ਦੇ ਚਰਨ ਸੰਗਤਾਂ ਦੇ ਚਰਨ ਇਸ ਗ੍ਰਹਿ ਵਿਖੇ ਪੁਆਏ ਹਨ। ਜਿਸ ਵੀ ਮਨੋ ਭਾਵਨਾ ਨੂੰ ਮੁੱਖ ਰੱਖ ਕੇ ਧਾਲੀਵਾਲ ਪਰਿਵਾਰ ਨੇ ਆਪ ਜੀ ਦੀ ਓਟ ਲਈ ਹੈ, ਗੁਰਮਤ ਅਨੁਸਾਰ ਪਰਿਵਾਰ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰ ਨੂੰ ਸਦਾ ਵਾਸਤੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ, ਸਾਰੇ ਹੀ ਪਰਿਵਾਰ ਨੂੰ ਗੁਰਸਿੱਖੀ ਜੀਵਨ ਬਖਸ਼ਣਾ, ਆਪਸ ਵਿੱਚ ਸਭ ਦਾ ਸਤਸੰਤੋਖ ਪਿਆਰ ਬਖਸ਼ਣਾ, ਚੜ੍ਹਦੀ ਕਲਾ ਬਖਸ਼ਣੀ, ਆਪਣੇ ਦਰ ਘਰ ਦੀ ਸੇਵਾ ਸਿਮਰਨ ਬਖਸ਼ ਕੇ ਨਿਵਾਜਣਾ। ਵਾਹਿਗੁਰੂ ਜੀਓ। ਗੁਰੂ ਨਾਨਕ ਨਾਮ ਚੈਟੀ ਜਥੇ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖ ਕੇ ਆਪ ਜੀ ਦੀ ਇਸੇ ਤਰ੍ਹਾਂ ਸੇਵਾ ਕਰਵਾਈ ਜਾਣੀ, ਜਥੇ ਦਾ ਆਪਸ ਵਿੱਚ ਸਤਸੰਤੋਖ ਪਿਆਰ ਬਖਸ਼ਣਾ, ਚੜ੍ਹਦੀ ਕਲਾ ਦੇ ਰੋਗਤਾ ਤੰਦਰੁਸਤੀਆਂ ਬਖਸ਼ਣੀਆਂ। ਵਾਹਿਗੁਰੂ ਜੀਓ। ਆਵਾਜ਼ ਕੌਮ ਦੀ ਟੀਮ ਨੂੰ ਵਾਹਿਗੁਰੂ ਜੀਓ ਚੜ੍ਹਦੀ ਕਲਾ ਬਖਸ਼ਣੀ, ਮੇਰਾ ਕਰਨੀਆਂ ਸੱਚੇ ਪਿਤਾ ਜੀ ਵਾ ਇਸੇ ਤਰ੍ਹਾਂ ਸੰਗਤ ਦੀ ਸੇਵਾ ਕਰਨ ਦਾ ਬਲ ਤੇ ਬੁੱਧੀ ਬਖਸ਼ਣੀ। ਵਾਹਿਗੁਰੂ ਜੀਓ ਚੜ੍ਹਦੀਆਂ ਕਲਾ ਬਖਸ਼ਣੀਆਂ। ਹੋਰ ਆਪ ਜੀ ਦੇ ਹਜ਼ੂਰ ਪਿਆਰੀਆਂ ਸੰਗਤਾਂ ਨੇ ਰਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਹੋਇਆ ਹੈ, ਆਨੰਦ ਸਾਹਿਬ ਜੀ ਦੇ ਪਾਠ ਹੋਏ ਹਨ, ਆਪ ਜੀ ਦੀ ਗੁਰਬਾਣੀ ਪੜ੍ਹਦਿਆਂ ਸੰਗਤਾਂ ਦੇ ਕੋਲੋਂ ਬੇਅੰਤ 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 ਭੁੱਲਾਂ ਹੋ ਗਈਆਂ ਹਨ, ਬਖਸ਼ ਲੈਣੀਆਂ ਅੱਗੋਂ ਨੂੰ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸ਼ੁੱਧ ਗੁਰਬਾਣੀ ਪੜ੍ਹਨੇ ਦੀ ਬਲ ਬੁੱਧੀ ਬਖਸ਼ੋ। ਪੜ੍ਹੀ ਹੋਈ ਗੁਰਬਾਣੀ ਦਾ ਫਲ ਧਾਲੀਵਾਲ ਪਰਿਵਾਰ ਤੇ ਆਈਆਂ ਸੰਗਤਾਂ ਦੇ ਭਲੇ ਲਈ ਬਖਸ਼ਿਸ਼ ਕਰਨਾ, ਸੰਗਤਾਂ ਦੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸੱਚੇ ਪਿਤਾ ਜੀਓ। ਆਪ ਜੀ ਦੇ ਹਜ਼ੂਰ ਧਾਲੀਵਾਲ ਪਰਿਵਾਰ ਵੱਲੋਂ ਰਮਾਲੇ ਹਾਜ਼ਰ ਹਨ, ਆਪ ਜੀ ਨੇ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਕੱਜਣੇ, ਹੋਰ ਚੈਰਿਟੀ ਵਾਸਤੇ ਬੇਅੰਤ ਬੇਅੰਤ ਮਾਇਆ ਹਾਜ਼ਰ ਹੋਈ ਹੈ, ਜਿਨ੍ਹਾਂ ਵੀ ਖਜ਼ਾਨਿਆਂ ਚੋਂ ਮਾਇਆ ਆਈ ਹੈ ਸੋ ਖਜ਼ਾਨੇ ਭਰਪੂਰ ਕਰਨੇ। ਮਹਾਰਾਜ ਸੱਚੇ ਪਿਤਾ ਜੀ ਆਪ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਆਈ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰਾਏ। ਆਪ ਜੀ ਕੋ ਭੋਗ ਲੱਗੇ, ਸੀਤ ਪ੍ਰਸ਼ਾਦ ਪਿਆਰੀ ਸਾ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਹੁਣ ਇਸ ਵੇਲੇ ਆਪ ਜੀ ਆਪਣਾ ਹੁਕਮਨਾਮਾ ਬਖਸ਼ੋ, ਸਭ ਦੇ ਕਾਰਜ ਰਾਸ ਕਰਨੇ ਸੱਚੇ ਪਿਤਾ ਜੀਓ। ਸਭਨਾਂ ਨੂੰ ਜਿੰਨੀ ਵੀ ਸੰਗਤ ਆਈ ਹੈ ਸਭਨਾਂ ਨੂੰ ਦੇ ਰੋਗਤਾ ਤੰਦਰੁਸਤੀਆਂ ਬਖਸ਼ਣੀਆਂ, ਸਭਨਾਂ ਨੂੰ ਨਾਮ ਦੀ ਦਾਤ ਬਖਸ਼ਣੀ, ਆਪਣੇ ਚਰਨਾਂ ਦੇ ਨਾਲ ਜੋੜਨਾ, ਸਹੀ ਗੁਰਮੁਖ ਪਿਆਰੇ ਮਿਲਣੇ ਜੀ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇ ਦਾਸ ਕਾ ਦੁੱਖ ਬਿਦਾਰਿਓ,
ਚਾਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਾਏ ਅਬ ਗੁਣ ਸਭ ਮੇਰੇ ਦਿਆਲ ਪੁਰਖ ਬਖਸ਼ੰਦਰਾ ਜੋ ਮਾਂਗੇ ਠਾਕੁਰ ਆਪਣੇ ਸੇ ਸੋਈ ਸੋਈ ਦੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਹੁਆ ਸੱਚ ਹੋਵੇ ਸੱਜਣ ਸੱਚਾ ਪਾਤਸ਼ਾਹ ਸੇ ਸਾਹਮਣੇ ਸਾਹੋ ਜਿਸ ਆਸ ਬੈਠਿਆ ਸੋਈਏ ਸਭਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕਹਿ ਜਾ ਕਾ ਸਤਿਗੁਰ ਪੂਰਾ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕਹਿ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਾਨਕੈ ਚਰਨ ਵਸਹਿ ਮੇਰੇ ਹੀ ਅਰੈ ਸੰਗ ਪੁਨੀਤਾ ਦੇਹੀ ਜਾਨਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਜਾਨਕੈ ਚਰਨ ਬਸਹਿ ਮੇਰੇ ਹੀਅਰੈ ਸੰਗ ਪੁਨੀਤਾ ਦੇਹੀ ਜਾਨਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਾਰੇ ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਾਰੇ ਕਰਨ ਦਾ ਬਾਣੀ ਪੜ੍ਹਨ ਦਾ ਸੁਣਨ ਦਾ ਆਪਾਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਗੁਰੂ ਨਾਨਕ ਨਾਮ ਚੈਰਟੀ ਜਥੇ ਵੱਲੋਂ ਧਾਰੀਵਾਲ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਾਧ ਸੰਗਤ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਨਾਂ ਭਾਗਾਂ ਤੋਂ ਘਰਾਂ ਦੇ ਵਿੱਚ ਇਹਨਾਂ ਦੇ ਚਰ ਨਹੀਂ ਪੈਂਦੇ ਬਹੁਤ ਬਹੁਤ ਚਿਰ ਇਨਸਾਨ ਸੋਚਦਾ ਰਹਿੰਦਾ ਆ ਕਿ ਵਾਹਿਗੁਰੂ ਸਾਨੂੰ ਇੱਦਾਂ ਦੇ ਮੌਕੇ ਦੇਵੋ ਇਹ ਬਿਨਾਂ ਭਾਗਾਂ ਤੋਂ ਨੂੰ ਬਿਨ ਭਾਗਾਂ ਸਤਸੰਗ ਨਾ ਲੱਭੇ ਬਿਨਾਂ ਭਾਗਾਂ ਤੋਂ ਸਤਸੰਗਤ ਵੀ ਨਹੀਂ ਆਪਾਂ ਨੂੰ ਮਿਲਦੀ ਹੈ ਵਾਹਿਗੁਰੂ ਕਿਰਪਾ ਕਰੇ ਇਸ ਪਰਿਵਾਰ ਨੂੰ ਸਦਾ ਵਾਸਤੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੇ ਹੋ ਸਾਧ ਸੰਗਤ ਜੀ ਆਵਾਜ਼ ਕੌਮ ਦੀ ਟੀਮ ਇੱਥੇ ਪੁੱਜੀ ਹੈ ਭਾਈ ਸਾਹਿਬ ਭਾਈ ਰਘਵੀਰ ਸਿੰਘ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਇਹਨਾਂ ਨੇ ਆਣ ਕੇ ਦਰਸ਼ਨ ਦਾਰੇ ਬਖਸ਼ੇ ਹਨ ਅਤੇ ਜੋ ਕਿ ਗੁਰਬਾਣੀ ਦੀ ਰਿਕਾਰਡਿੰਗ ਕੀਤੀ ਹੈ ਅਸੀਂ ਆਸ ਕਰਦੇ ਹਾਂ ਕਿ ਗਾਂ ਵੀ ਮਹਾਰਾਜ ਇਹਨਾਂ 'ਤੇ ਇੱਦਾਂ ਹੀ ਬਖਸ਼ਿਸ਼ਾਂ ਕਰਦੇ ਰਹੇ ਇੱਦਾਂ ਹੀ ਇਹ ਦੇਸ਼ ਦੀ ਸੰਗਤ ਦੀ ਸੇਵਾ ਕਰਦੇ ਰਹਿਣ ਅਤੇ ਹੋਰ ਜਥੇ ਵੱਲੋਂ ਪਰਿਵਾਰ ਵੱਲੋਂ ਧਾਰੀਵਾਲ ਪਰਿਵਾਰ ਵੱਲੋਂ ਜਿੰਨੀ ਵੀ ਸੰਗਤ ਇਹਨਾਂ ਦੇ ਸੱਦੇ ਪੱਤਰ 'ਤੇ ਦੂਰੋਂ ਨੇੜਿਓਂ ਚੱਲ ਕੇ ਆਈ ਹੈ ਇਹਨਾਂ ਵੱਲੋਂ ਸਭਨਾਂ ਦਾ ਬਹੁਤ 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 ਧੰਨਵਾਦ ਕੀਤਾ ਜਾਂਦਾ ਹੈ ਜੋ ਕਿ ਸਾਰਿਆਂ ਨੇ ਆਣ ਕੇ ਇਹਨਾਂ ਦੀ ਖੁਸ਼ੀ ਦੇ ਵਿੱਚ ਖੁਸ਼ੀ ਲਾਈ ਹੈ ਸੋ ਸਾਧ ਸੰਗਤ ਜੀ ਸਾਡੇ ਕੋਲ ਪ੍ਰੋਗਰਾਮ ਨਿਭਾਉਂਦਿਆਂ ਬਹੁਤ ਬਹੁਤ ਤਰ੍ਹਾਂ ਦੀਆਂ ਤਰੁੱਟੀਆਂ ਰਹਿ ਗਈਆਂ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਆਪ ਸਾਨੂੰ ਆਸ਼ੀਰਵਾਦਾਂ ਦੇਵੋ ਅਸੀਂ ਚੜ੍ਹਦੀ ਕਲਾ ਦੇ ਨਾਲ ਇਹ ਪ੍ਰੋਗਰਾਮ ਅੱਗੋਂ ਨੂੰ ਨਿਭਾ ਸਕੀਏ ਅਤੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ